ਨਾਮ ਜੀ ਤੁਹਾਡਾ? ਹਾਂਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਜਿਹੜਾ ਅੱਜ ਸਰਕਾਰ ਵੱਲੋਂ ਦੇ ਦਿੱਤੀ ਗਈ ਕੱਲ੍ਹ ਤੋਂ ਹੀ ਵੀ ਜਿਹੜੇ 11 ਤੋਂ 12 ਤੱਕ ਮੋਹ ਰੱਖਿਆ ਜਾਏਗਾ ਜੇ ਕਰੋਨਾ ਕਾਰਨ ਜਿਹਨਾਂ ਦੀ ਡੈਥ ਹੋਈ ਹੈ, ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ? ਸਰ ਕਰੋਨਾ ਦੇ ਕਾਰਨ ਜਿਹੜੀਆਂ ਮੌਤ ਹੋਈ ਆ ਠੀਕ ਹੈ, ਉਹਦਾ ਸਰਕਾਰ ਜੋ ਵੀ ਕਰ ਰਹੀ ਆ, ਬਟ ਕੋਈ ਗਾਈਡਲਾਈਨਸ ਫੋਲੋ ਨਹੀਂ ਹੋ ਰਹੀਆਂ। ਸਾਰੀ ਇੱਥੇ ਪਬਲਿਕ ਗੈਦਰਿੰਗ ਇਕੱਠੀ ਆ, ਇਹਦੇ ਕੋਵਿਡ ਵਧਣ ਡਿਆ, ਪੇਸ਼ੈਂਟ ਵਧਣ ਡਿਆ। ਗਵਰਨਮੈਂਟ ਨੂੰ ਇਹ ਦੇਖਦਾ ਵੀ ਜਿਹੜਾ ਕੋਵਿਡ ਆ ਇਹਨੂੰ ਆਪਾਂ ਕਿਸ ਤਰ੍ਹਾਂ ਐਕਸਪਲੋਇਟ ਕਰਨਾ। ਦੁਨੀਆ ਨੂੰ ਇੰਨਾ ਕਿਸਾਨ ਮਰ ਗਿਆ, 400-500 ਕਿਸਾਨ ਮਰ ਗਿਆ, ਜਿਹੜਾ ਉਹਨਾਂ ਨੂੰ ਕੋਈ ਸ਼ਰਧਾਂਜਲੀ ਨਹੀਂ। ਇਹ ਸਾਰੀਆਂ ਗਵਰਨਮੈਂਟਾਂ ਜਿਹੜੀਆਂ ਇਹ ਮੈਨੂਪਲੇਟਡ ਆ, ਰਲੀਆਂ ਪਬਲਿਕ ਨੂੰ ਹਰਾਸ ਕਰ ਰਹੀਆਂ ਕਿਸੇ ਵੀ ਤਰੀਕੇ ਨਾਲ। ਪੁਲਿਸ ਜਿਹੜੀ ਉਹ ਵੀ ਹਰਾਸ ਹੋ ਰਹੀ ਆ, ਉਹਨਾਂ ਨੂੰ ਗਲਤ ਇਹਨਾਂ ਨੇ ਪ੍ਰਿਕੋਸ਼ਨਸ ਦਿੱਤੀਆਂ ਕਿ ਤੁਸੀਂ ਮਤਲਬ ਡੱਕੋ ਪਬਲਿਕ ਨਾਲ, ਇੰਨਾ ਉਹਨਾਂ ਦਾ ਟਕਰਾਓ ਹੁਣ ਡਿਆ ਅਤੇ ਪੇਸ਼ੈਂਟ ਜਿਹੜੇ ਆ ਉਹ ਵਿੱਚ ਜਾਮ ਦੇ ਫਸੇ ਆ। ਕੋਈ ਗਵਰਨਮੈਂਟ ਨੂੰ ਕੋਈ ਚੰਗੀਆਂ ਪਾਲਿਸੀਆਂ ਦੇਣੀਆਂ ਚਾਹੀਦੀਆਂ ਜਿਹਦੇ ਅਕੋਰਡਿੰਗ ਕਿ ਕੋਈ ਵਾਕਈ ਦੇਸ਼ ਦਾ ਭਲਾ ਹੋ ਜਾਵੇ। ਐਮਰਜੈਂਸੀ ਜਿਹੜੇ ਸੇਵਾਵਾਂ ਉਹਨਾਂ ਨੂੰ ਬਹਾਲ ਕੀਤਾ ਗਿਆ ਜੀ? ਐਮਰਜੈਂਸੀ ਸਰ ਕਾਹਦੀਆਂ, ਜਦੋਂ ਇੱਕ ਜਾਮ ਲੱਗ ਗਿਆ ਫਿਰ ਪੇਸ਼ੈਂਟ ਅੜ ਗਿਆ, ਫਿਰ ਕੀ ਆ, ਇੱਥੇ ਸਾਰਾ ਪਬਲਿਕ ਇਕੱਠੀ ਹੋਈ ਆ, ਕੋਈ ਇੱਥੇ ਸੋਸ਼ਲ ਡਿਸਟੈਂਸ ਦੀ ਨਹੀਂ ਹੋ ਰਿਹਾ। ਇਹ ਕੀ ਹੈਗਾ, ਸਿਰਫ ਇੱਕ ਲੋਕਾਂ ਨੂੰ ਸ਼ਰਾਈ ਬਣਾਉਣ ਦਾ ਇਹ ਗਵਰਨਮੈਂਟ ਜਿਹੜੀ ਆ ਸਾਰੀ ਕਰ ਰਹੀ ਆ। ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਇਹ ਕਰਦੇ, ਇਹਨਾਂ ਨੂੰ ਬੜਾ ਸਖਤ ਲੋਕਾਂ ਵੱਲੋਂ ਇਹਨਾਂ ਨੂੰ ਜਵਾਬ ਦਿੱਤਾ ਜਾਊਗਾ ਪਬਲਿਕ ਦੇ। ਸਰ ਸ਼ਨੀਵਾਰ ਅਸੀਂ ਨਾਲ ਸਹਿਮਤ ਹਾਂ, ਪਰ ਕੋਈ ਜਿਹੜੀਆਂ ਸੇਵਾਵਾਂ ਉਹ ਵੀ ਘਰਾਂ ਦੇ ਵਿੱਚ ਉਹਨਾਂ ਨੂੰ ਪ੍ਰੋਵਾਈਡ ਕਰਨ, ਕੋਈ ਪ੍ਰੋਪਰ ਕੋਈ ਵੇ ਹੋਣਾ ਚਾਹੀਦਾ। 400-500 ਕਿਸਾਨ ਮਰ ਗਿਆ, ਉਹਦੇ ਬਾਰੇ ਇਹਨਾਂ ਨੇ ਕੋਈ ਨਹੀਂ ਉੱਥੇ ਇਕੱਠਾ ਹੋਇਆ ਹੈ। ਐਗਰੀਕਲਚਰ ਬੇਸਡ ਸਾਡਾ ਹੈਗਾ ਦੇਸ਼ ਆ, ਅਤੇ ਕਿੰਨੀ ਪਬਲਿਕ ਪਰੇਸ਼ਾਨ ਹੁੰਦੀ। ਉਹ ਕਿਸਾਨ ਨਹੀਂ ਹੈਗਾ, ਉਹ ਆਦਮੀ ਨਹੀਂ ਹੈਗਾ ਜਿਹੜਾ ਸ਼ਰੇਆਮ ਮਰਨ ਡਿਆ, ਉਹਨਾਂ ਬਾਰੇ ਕੋਈ ਇਹਨਾਂ ਨੇ ਕੀਤਾ ਕੁਛ? ਇੱਕ ਦਿਖਾਇਓ ਜ਼ਰੂਰ, ਤੁਸੀਂ ਇਹ ਤੋਂ ਡਿਲੀਟ ਹੀ ਨਾ ਕਰ ਦਿਓ ਸਾਰਾ ਸਮਾਨ ਜਿਹਾ। ਪੰਜਾਬ ਗੌਰਮੈਂਟ ਵੱਲੋਂ ਮਿਲੀਆਂ ਹਦਾਇਤਾਂ ਦੇ ਅਨੁਸਾਰ ਮਾਣਯੋਗ ਸਾਡੇ DC ਸਾਹਿਬ ਨੇ, ਉਹਨਾਂ ਵੱਲੋਂ ਗਾਈਡਲਾਈਨ ਦੇ ਅਨੁਸਾਰ ਸਾਡੇ ਮਾਣਯੋਗ ਕਮਿਸ਼ਨਰ ਪੁਲਿਸ ਵੱਲੋਂ ਜੋ ਹਦਾਇਤਾਂ ਮਿਲੀਆਂ ਹੈ ਕਿ 1 ਘੰਟੇ ਵਾਸਤੇ ਆਵਾਜਾਈ ਜਿਹੜੀ ਆ ਉਹਨੂੰ ਠੱਪ ਕਰਨਾ, ਕਿਉਂਕਿ ਜਿਹੜੇ ਕਰੋਨਾ COVID-19 ਦੇ ਦੌਰਾਨ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਕੋਵਿਡ ਦੇ ਦੌਰਾਨ, ਉਹਨਾਂ ਨੂੰ ਦੱਸਿਆ ਜਾ ਰਿਹਾ ਕੱਲ੍ਹ ਦਾ TV ਦੇ ਵਿੱਚ ਕਿ ਆਪਾਂ 1 ਘੰਟੇ ਵਾਸਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕਰਨੀ ਹੈ, ਕਿ ਅਸੀਂ ਵੀ ਉਹਨਾਂ ਦੇ ਨਾਲ ਸਹਿਮਤ ਹਾਂ, ਉਹਨਾਂ ਦੇ ਪਰਿਵਾਰਾਂ ਦੇ ਨਾਲ ਅਸੀਂ ਵੀ ਸਹਿਮਤ ਹਾਂ। ਠੀਕ ਹੈ, ਉਹਨਾਂ ਦੇ ਘਰਾਂ ਦੇ ਵਿੱਚ ਦੁੱਖ ਆਇਆ ਅਤੇ ਅਸੀਂ ਵੀ ਉਹਨਾਂ ਦੇ ਦੁੱਖ ਵੰਡਾਉਣ ਵਾਸਤੇ ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਲੋਕਾਂ ਨੂੰ ਇਹੀ ਡਿਊਟੀ ਦੇ ਦੌਰਾਨ ਇਹੀ ਅਪੀਲ ਕਰਦੇ ਹਾਂ ਕਿ ਸਾਡਾ ਸਾਥ ਦੇਣ। ਪਬਲਿਕ ਜਿਹੜੀ ਆ ਉਹ 70% ਤਾਂ ਸਾਡੇ ਨਾਲ ਬਿਲਕੁਲ ਸਹਿਮਤ ਹੈ, ਸਾਥ ਦਿੰਦੇ ਨੇ। ਕੁਛ ਜਿਹੜੀਆਂ ਲੋਕ ਨੇ ਉਹ ਇਸ ਚੀਜ਼ ਨੂੰ ਸਾਡੇ 'ਤੇ ਸਵਾਲ ਚੁੱਕਦੇ ਆ, ਉੱਥੇ ਥੋੜ੍ਹਾ ਜਿਹਾ ਸਾਡੇ ਨਾਲ ਬੋਲ ਬੁਲਾਰਾ ਵੀ ਉਹਨਾਂ ਦਾ ਹੁੰਦਾ ਹੈ। ਅਸੀਂ ਕਹਿੰਦੇ ਹਾਂ ਕਿ ਪਬਲਿਕ ਨੂੰ ਜਿਹੜਾ ਵਾ ਉਹ ਸੰਸੀਅਰ ਹੋ ਕੇ ਸਾਡਾ ਸਾਥ ਦੇਣਾ ਚਾਹੀਦਾ। 1 ਘੰਟੇ ਦਾ ਕੋਈ ਲੰਬਾ ਸਮਾਂ ਵੀ ਨਹੀਂ ਹੈਗਾ ਪੰਜਾਬ ਗੌਰਮੈਂਟ ਵੱਲੋਂ ਜਿਹੜਾ ਦਿੱਤਾ ਗਿਆ, ਬਹੁਤ ਸੀਮਿਤ ਜਿਹਾ ਸਮਾਂ ਹੈ ਅਤੇ ਸਾਡੇ ਨਾਲ ਸਹਿਯੋਗ ਕਰਨਾ ਚਾਹੀਦਾ। ਕਿਹੜੇ ਵਾਰ ਦਾ ਦੱਸਿਆ ਗਿਆ ਜੀ, ਹਰ ਹਫ਼ਤੇ ਬਾਅਦ? ਇਹ ਜੋ ਵੀ ਹਦਾਇਤਾਂ ਦੇ ਵਿੱਚ ਲਿਖਿਆ ਹੋਇਆ ਉਹ ਤਾਂ ਇਹੀ ਹੈ ਕਿ ਹਰੇਕ ਸ਼ਨੀਵਾਰ 11 ਤੋਂ 12 ਜਿਹੜਾ ਵਾ ਉਹ ਮੌਨ ਰੱਖਿਆ ਜਾਵੇ। ਲੋਕਾਂ ਦਾ ਕਿਤਨਾ ਸਹਿਯੋਗ ਰਿਹਾ, ਵੈਬਸਾਈਟ ਕਰ ਰਹੇ ਨੇ ਤਾਂ ਸਮਝ ਨਹੀਂ ਰਹੇ ਲੋਕ? ਲੋਕ ਕੁਛ ਕੁ ਲੋਕ ਜਿਹੜੇ ਨੇ ਜਿਹੜੇ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ, ਸਾਨੂੰ ਸਮਝਣਾ ਚਾਹੀਦਾ, ਸਾਰਿਆਂ ਨੂੰ ਸਮਝਣਾ ਚਾਹੀਦਾ, ਕਿਉਂਕਿ ਮਰਨਾ ਸਭ ਨੇ। ਸਾਨੂੰ ਸਮਝਣਾ ਚਾਹੀਦਾ, ਇਸ ਗੱਲ ਨੂੰ ਸਾਥ ਦੇਣਾ ਚਾਹੀਦਾ ਪੁਲਿਸ ਦਾ। ਸਾਡਾ ਕੀ ਸਾਥ ਦੇਣਾ ਚਾਹੀਦਾ, ਪਬਲਿਕ ਨੂੰ ਆਪਣੇ ਆਪ ਨੂੰ ਹੀ ਸਾਥ ਦੇਣਾ ਚਾਹੀਦਾ ਹੈ ਕਿ ਅਸੀਂ ਇੱਕ ਦੂਜੇ ਨੂੰ ਸਹਿਯੋਗ ਕਰੀਏ।